ਹਾਂਜੀ ਬਾਪੂ ਜੀ, ਕੀ ਮਾਮਲਾ ਹੈ ਜੀ? ਬੇਟੇ ਦੀ ਡੈਥ ਹੋਈ ਸੀ, ਕਿਸ ਤਰ੍ਹਾਂ ਹੋਈ? ਇਹ ਜੀ ਸਟੋਰ ਤੋਂ ਮਿਲਿਆ ਅਤੇ ਅੱਗੇ ਸਟਾਲ ਲੱਗੇ ਹਨ, ਸਟਾਲਾਂ ਤੋਂ 1 ਮਿੰਟ ਗਿਆ, ਉਧਰੋਂ ਗੱਡੀ ਵਾਲੇ ਆਏ ਨਹੀਂ, ਉਹਦੇ 3 ਬੰਦੇ ਬੈਠੇ ਹਨ, ਉਹਨਾਂ ਨੇ ਬਾਹਰ ਗੋਲੀਆਂ ਚਲਾ ਤੀਆਂ, ਮੇਰੇ ਮੁੰਡੇ ਦੇ ਦਿਮਾਗ ਨਹੀਂ ਵੱਜੀ। ਬੇਨਤੀ ਕੀਤੀ ਜਾਂਦੀ ਹੈ ਸਾਨੂੰ ਕੋਈ ਨਾ ਕੋਈ ਸਹੂਲਤ ਹੋਣੀ ਚਾਹੀਦੀ ਹੈ, 40 ਲੱਖ ਸਾਡੇ ਸਿਰ ਖਰਚਾ, ਕੋਈ ਪੈਲ ਨਹੀਂ, ਕੋਈ ਬੰਨਾ ਨਹੀਂ ਸਾਡਾ। ਅਭੀ ਕਿੰਨੇ ਬੱਚੇ ਸੀ ਉਹਨਾਂ ਦੇ, ਕੀ ਕੰਮ ਕਰਦਾ ਸੀ? ਉੱਥੇ ਕਿਸੇ ਦੇ ਸਟੋਰ 'ਤੇ ਕੰਮ ਕਰਦਾ, ਅਤੇ ਆਹ ਦੋ ਦੋ ਬੱਚੇ ਨੇ ਉਹਦੇ, ਉਹਦੀ 33 ਸਾਲ ਉਮਰ ਸੀ, ਜਿਹੜੀ ਕਿ ਮੇਰੀ ਨੂੰਹ ਹੈ ਉਹਦੀ 28 ਸਾਲ ਉਮਰ ਹੈ, ਇਹ ਨਿਆਣ ਮਾਥੇ ਦੇ। ਕੋਈ ਕੋਈ ਨਹੀਂ ਉਹਨਾਂ ਨਾਲ ਕੋਈ ਗੱਲਬਾਤ ਸਟੋਰ 'ਚ ਕੁਛ ਨਹੀਂ, ਉਹਨਾਂ ਪੁੱਛਿਆ ਨਹੀਂ, ਉਹਨਾਂ ਵੀ ਸਾਨੂੰ ਆ ਦਿਓ, ਸਾਨੂੰ ਪੈਸੇ ਦਿਓ, ਉਹ ਆਪਣੀ ਗੱਡੀ 'ਚੋਂ ਨਿਕਲੇ ਨਹੀਂ, ਅਣਪਛਾਤੇ ਬੰਦੇ। ਕਿੰਨਾ ਸਮਾਂ ਹੋ ਗਿਆ ਸੀ ਬਾਹਰ ਗਏ? ਕਿੰਨਾ ਕਰਜ਼ਾ ਜਿਹੜਾ ਪਰਿਵਾਰ ਦੇ ਸਿਰ ਤੇ ਇਸ ਤਰ੍ਹਾਂ? 40 ਲੱਖ ਕਰਜ਼ਾ ਮੁੰਡੇ ਸਿਰ ਤੇ, ਅਤੇ ਕਮਾਉਣ ਵਾਲਾ ਕੋਈ ਕੋਈ ਨਹੀਂ। ਉਹਦਾ ਨਾਮ ਕੀ ਸੀ ਤੇ ਕੀ ਕੰਮ ਕਰਦਾ ਸੀ? ਜਸਵੀਰ ਸਿੰਘ ਸੀ, ਸਟੋਰ 'ਚ ਕੰਮ ਕਰਦਾ ਸੀ, ਅਤੇ ਮੈਨੂੰ ਵੀ ਅਟੈਕ ਹੋ ਗਿਆ, ਅੱਗੇ ਮੈਂ ਕਮਾ ਕੇ ਖਵਾਉਂਦਾ ਸੀ, ਪਰ ਹੁਣ ਮੇਰੇ ਕੋਲ ਗੁੰਜਾਇਸ਼ ਕੋਈ ਕੋਈ ਵੀ ਤਾਂ ਉੱਥੋਂ ਬਾਹਰ ਤੁਰ ਫਿਰਨ ਦੀ। ਇਹ ਕਰਜ਼ਾ ਗੌਰਮੈਂਟ ਨੂੰ ਦੇਣਾ ਚਾਹੀਦਾ। ਆ ਬੱਚੇ ਦੋ ਨਿੱਕੇ ਨਿੱਕੇ ਬੱਚੇ ਨੇ ਮੇਰੇ, ਪੋਤਰੇ, ਇੱਕ ਪੋਤਰੀ ਇੱਕ ਪੋਤਰਾ। ਮੇਰੇ ਹਸਬੈਂਡ ਸੀ ਜਸਵੀਰ ਸਿੰਘ ਸੀ ਉਹਨਾਂ ਦਾ ਨਾਮ, ਅਤੇ ਉਹ ਬਾਹਰ ਗਏ, 2 ਸਾਲ ਹੀ ਹੋ ਗਏ ਨੇ ਅਮੈਰੀਕਾ ਗਏ ਨੂੰ ਉਹਨਾਂ ਨੂੰ, ਅਤੇ ਸਾਡੇ ਸਿਰ 'ਤੇ ਬਹੁਤ ਸਾਰਾ ਕਰਜ਼ਾ ਹੈ, ਹਾਲੇ ਤੱਕ ਉਤਰਿਆ ਨਹੀਂ ਹੈਗਾ। ਅਤੇ ਮਾਮਲਾ ਕੋਈ ਵੀ ਨਹੀਂ ਸੀ, ਸਟੋਰ 'ਤੇ ਕੰਮ ਕਰਦੇ ਸੀ, ਚੰਗਾ ਕੰਮ ਕਰਦੇ ਸੀ, ਇਹੋ ਹੀ ਕਿ 2 ਮਿੰਟ ਲਈ ਬਾਹਰ ਆ ਗਏ ਨੇ ਅਤੇ ਉੱਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਹੈ, ਅਤੇ ਉਹਨਾਂ ਦੀ ਮੌਕੇ 'ਤੇ ਮੌਤ ਹੋ ਗਈ। ਕਿੰਨੀਆਂ ਬੱਚੇ ਹੋਏ? ਮੇਰੇ 2 ਬੱਚੇ ਨੇ, ਵੱਡਾ ਮੁੰਡਾ ਹੈ ਅਤੇ ਛੋਟੀ ਕੁੜੀ ਹੈ, ਮੁੰਡਾ 5 ਸਾਲ ਦਾ ਹੈ ਅਤੇ ਕੁੜੀ 4 ਸਾਲ ਦੀ ਹੈ। ਕਿੰਨਾ ਸਮਾਂ ਹੋ ਗਿਆ ਬਾਹਰ ਗਏ? ਕਿੰਨਾ ਸਿਸਟਮ ਕਰਦਾ ਹੈ ਪਰਿਵਾਰ ਦੀ ਸਿਹਤ ਕੀ ਮਾਮਲਾ? ਕਰਜ਼ਾ ਸਾਡਾ ਅਜੇ ਤੱਕ ਨਹੀਂ ਉਤਰਿਆ ਹੈਗਾ, ਜਿੰਨਾ ਹੀ ਵਿਆਜ ਭਰਨ, ਜਿੰਨੇ ਸਾਡੇ ਰਕਮ ਆਉਂਦੀ ਉਨਾ ਸਾਡਾ ਵਿਆਜ ਚੱਲ ਜਾਂਦਾ, 40 ਲੱਖ ਰੁਪਇਆ ਕਰਜ਼ਾ ਸਾਡੇ ਸਿਰ ਦਾ। ਇਹਨਾਂ ਨੂੰ ਤਾਂ ਪਤਾ ਵੀ ਨਹੀਂ ਹੈਗਾ ਕਿਹਦਾ ਹੁਣ ਕੀ ਹੋਇਆ ਜਾਂ ਕਿੱਥੇ। ਨਿੱਕੇ ਨਿੱਕੇ ਮਾਸੂਮ ਬੱਚੇ ਨੇ ਮੇਰੇ, ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ। ਮੈਨੂੰ ਮੇਰੀ ਸਿਸਟਰ ਨੇ ਫੋਨ ਲਾਇਆ ਸੀ ਪਰ ਕਿ ਪਾਪਾ ਜੀ ਪੂਰਾ ਹੋ ਗਿਆ। ਕਿੰਨੀਆਂ ਕੁੜੀਆਂ? ਉਹਨਾਂ ਦੇ ਇੱਕ ਘਰ ਉੱਥੇ ਦਿਮਾਗ ਚ ਵੱਜੇ ਜਾਂਦੇ ਪਏ। ਮੈਂ ਜਸਵੀਰ ਦਾ ਮਾਮਾ ਬੋਲਦਾ ਪਿਆ। ਇਹ ਜਿਹੜਾ ਹੋਇਆ ਕਾਂਡ ਬਹੁਤ ਹੀ ਮਾੜਾ ਹੋਇਆ, ਬੜਾ ਦੁੱਖ ਹੋਇਆ, ਸਾਰਾ ਪਰਿਵਾਰ ਮਤਲਬ ਦੁੱਖ ਦੇ ਵਿੱਚ ਸਾਰੇ ਰਹੇ।
ਹਾਂਜੀ ਇਹ ਤੇ ਉੱਥੇ ਦੀ ਸਰਕਾਰਾਂ ਨੂੰ ਥੋੜਾ ਬਹੁਤ ਮਤਲਬ ਸਕਿਉਰਟੀ ਰੱਖਣੀ ਚਾਹੀਦੀ, ਜੇ ਉੱਥੇ ਬੰਦੇ ਪਹੁੰਚਦੇ ਨੇ ਉਹਨਾਂ ਦੀ ਸੁਰੱਖਿਆ ਵਾਸਤੇ ਗੌਰਮੈਂਟ ਨੂੰ ਕੁਛ ਨਾ ਕੁਛ ਕਰਨਾ ਚਾਹੀਦਾ। ਇਹ ਮਤਲਬ ਕੋਈ ਕੋਈ 2 ਦਿਨ 4 ਦਿਨ ਨਿਕਲਦੇ ਨਹੀਂ, ਕੋਈ ਨਾ ਕੋਈ ਏਦਾਂ ਦਾ ਘਟਨਾ ਹੋ ਜਾਂਦੀ। ਜਿਹੜੀ ਸੁਣਨ ਦੇ ਵਿੱਚ ਗੱਲ ਆਈ ਹੈ, ਜਿੱਦਾਂ ਰੋਡ ਦੇ ਉਹ ਥੱਲੇ ਉਤਰੇ ਨੇ, ਗਰਾਊਂਡ ਸੀ ਅੱਗੇ, ਅਤੇ ਥੱਲੇ ਗੱਡੀ ਉਹਨਾਂ ਲਾਂਦੇ ਸਾਰ ਹੀ ਫਾਇਰਿੰਗ ਸ਼ੁਰੂ ਕਰਤੀ। ਫਾਇਰਿੰਗ ਕਰਦੇ ਕਰਦੇ ਅਤੇ ਇਹ 4-5 ਜਣੇ ਇਕੱਠੇ ਸੀ ਇੱਥੇ ਆਣ ਕੇ, ਉਹਨਾਂ ਖਿਲਾਰ ਕੇ ਫਾਇਰਿੰਗ ਕਰਕੇ, ਅਤੇ 2 ਜਣੇ ਜਗ੍ਹਾ 'ਤੇ ਖਤਮ ਹੋ ਗਏ ਨੇ, ਅਤੇ 3-4 ਜਿਹੜੇ ਉਹ ਜ਼ਖਮੀ ਹੋ ਗਏ। ਬਾਕੀ ਹੋਰ ਵੀ ਹੋਏ ਹੋਣਗੇ, ਪਤਾ ਨਹੀਂ ਇੰਨੀ ਗੱਲ ਦਾ। ਪਰਿਵਾਰ ਦੀ ਅਸੀਂ ਤਾਂ ਕਹਿੰਦੇ ਕੁਛ ਨਾ ਕੁਛ ਇਹਨਾਂ ਪਰਿਵਾਰ ਨੂੰ ਸਹਾਇਤਾ ਮਿਲਣੀ ਚਾਹੀਦੀ, ਕਿਉਂ ਇਹਨਾਂ ਨੇ ਆਪਣਾ ਕਰਜ਼ਾ ਚੁੱਕ ਕੇ ਜਿਹੜਾ ਇਹਨਾਂ ਨੂੰ ਭੇਜਿਆ ਸੀ, ਅਤੇ ਉਹ ਤਾਂ ਕਰਜ਼ਾ ਇਹਨਾਂ ਕੋਲ ਬਰਾਬਰ ਨਹੀਂ ਪੂਰਾ ਹੋਇਆ। ਜੇਕਰ ਇੱਥੇ ਪਰਿਵਾਰ ਦੀ ਹਾਲਤ ਦੇਖੀ ਹੈ ਤਾਂ ਕਿਸ ਤਰ੍ਹਾਂ ਦੀ ਹਾਲਤ ਹੈ ਘਰ ਦੇ ਵਿੱਚ, ਕਮਾਉਣ ਵਾਲਾ ਜਾਂ ਕਮਾਉਣ ਵਾਲਾ? ਸਾਡਾ ਭਨੂਜਾ ਇਹ, ਉਹ ਵੀ 15-20 ਦਿਨ ਹੋਏ ਨੇ, ਪਹਿਲਾਂ ਯਕਦਮ ਹੀ ਇਹਨਾਂ ਨੂੰ ਹੋ ਗਿਆ ਅਟੈਕ ਜਿਹਾ, 3 ਸਟੈਂਡ ਜਗ੍ਹਾ 'ਤੇ ਪਏ ਨੇ, ਉਹ ਵੀ ਪੈਸਾ ਚੁੱਕ ਚੱਕ ਕੇ ਫਿਰ ਗੁਆਏ ਨੇ। ਅਸੀਂ ਤਾਂ ਇਹੋ ਕਹਿੰਦੇ ਹਾਂ ਕਿ ਚਲੋ ਥੋੜ੍ਹੀ ਬਹੁਤੀ ਕਿ ਸਹੂਲਤ ਹੋ ਜਾਵੇ ਸਾਨੂੰ, ਮਤਲਬ ਕੋਈ ਕੋਈ ਮਦਦ ਮਿਲ ਜਾਵੇ, ਅਤੇ ਇਹ ਬੱਚਿਆਂ ਦਾ ਅੱਗੂ ਕੋਈ ਭਵਿੱਖ ਥੋੜ੍ਹਾ ਸਹੀ ਹੋ ਜਾਵੇ। ਅਤੇ ਛੋਟੇ ਕਿੰਨੇ ਬੱਚੇ? 2 ਨੇ, ਇੱਕ ਬੇਟਾ ਇੱਕ ਬੇਟੀ ਹੈ। ਕਿਹੜੀ ਕਲਾਸ